ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨਫੋ ਦੇ ਵਿੱਚ ਤੇ ਅੱਜ ਦੀ ਸੁ ਵੀਡੀਓ ਵਿੱਚ ਆਪਾਂ ਪੰਜਾਬੀ ਵਿਆਕਰਨ ਦੇ ਬਹੁਤ ਹੀ ਇੰਪੋਰਟੈਂਟ ਕੁਸ਼ਨ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਆਉਣ ਵਾਲੇ ਕੰਪੀਟੀਟਿਵ ਇਗਜ਼ਾਮ ਲਈ ਬਹੁਤ ਹੀ ਇੰਪੋਰਟੈਂਟ ਤੇ ਹੈਲਪਫੁਲ ਹੋਣ ਵਾਲੇ ਹੈ ਠੀਕ ਹੈ ਜੀ ਸੋ ਵੀਡੀਓ ਤੁਸੀਂ ਅੰਤ ਤੱਕ ਜਰੂਰ ਦੇਖਣਾ ਕੰਟੀਨਿਊ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਸਿਟ ਕਰ ਰਹੇ ਨੇ ਜਰੂਰ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਿਓ ਤਾਂ ਜੋ ਅੱਗੇ ਵੀ ਜੋ ਵੀਡੀਓ ਦਾ ਨੋਟੀਫਿਕੇਸ਼ਨ ਹੈ ਠੀਕ ਹੈ ਜੀ ਠੀਕ ਹੈ ਜੀ ਟੌਪਿਕ ਹੈ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਸੋ ਚਲਦੇ ਜੀ ਅਸੀਂ ਪਹਿਲੇ ਕੁਸ਼ਚਨ ਦੇ ਵੱਲ ਜਾ ਟੈਮ ਨਾਸਟ ਕਰਦੇ ਹਾਂ ਪਹਿਲੇ ਕੁਸ਼ਨ ਤੇ ਪਹਿਲਾ ਕੁਸ਼ਨ ਹੈ ਜੀ ਪੰਜਾਬੀ ਭਾਸ਼ਾ ਦੇ ਕਿਹੜੇ ਵਿਅੰਜਨ ਨੂੰ ਸੰਘਰਸ਼ੀ ਵਿਅੰਜਨ ਵੀ ਕਿਹਾ ਜਾਂਦਾ ਹੈ ਦੱਸੋ ਜੀ ਕਿ ਇਸ ਨੂੰ ਕੀ ਹੈ ਸੰਘਰਸ਼ੀ ਵਿਅੰਜਨ ਕਿਹਨਾਂ ਦੇ ਬਹੁਤ ਹੀ ਇੰਪੋਰਟੰ ਕੋਸ਼ਨ ਹੈ ਦੱਸੋ ਜੇ ਤੁਹਾਡਾ ਰਾਈਟ ਆਨਸਰ ਕੀ ਹੋਏਗਾ ਜਿਨ੍ਹਾਂ ਨੂੰ ਪਤਾ ਹੈ ਸੋ ਜਿਨ੍ਹਾਂ ਨੂੰ ਵੀ ਰਾਈਟ ਆਨਸਰ ਪਤਾ ਹੋਣਗੇ ਉਹ ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਵੀ ਜਰੂਰ ਦੱਸਿਓ ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਸਸਾ ਹਾਂਜੀ ਸਸਾ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਿਗਾ ਜੀ ਪੰਜਾਬੀ ਭਾਸ਼ਾ ਦੇ ਵਿੱਚ ਕਿਹੜੇ ਵਿਅੰਜਨ ਨੂੰ ਸਸੇ ਨੂੰ ਕੀ ਹੈ ਸੰਘਰਸ਼ੀ ਵਿਅੰਜਨ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਸੋ ਧਿਆਨ ਚ ਰੱਖਿਓ ਚੱਲਦੇ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ ਉਸਦੇ ਹੇਠਾਂ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਵਿੱਚ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ ਦੱਸੋ ਜੀ ਕਿਹੜੇ ਆਪਣੇ ਬੋਲੀ ਜਾਂਦੀ ਹੈ ਜੀ ਉਹ ਫਿੱਟਰ ਸਾਹਮਣੇ ਸੋ ਇੱਧਰ ਰਾਈਟ ਆਨਸਰ ਹੈ ਉਹ ਜੀ ਉਪਰੋਕਤ ਦੋਨੋਂ ਲਾਹੌਰ ਤੇ ਸਿਆਲਕੋਟ ਠੀਕ ਹੈ ਜੀ ਸੋ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰਾਂ ਵਿੱਚ ਮਾਝੀ ਉਪਭਾਸ਼ਾ ਮਾਜੀ ਉਪਜਾ ਬੋਲੀਆਂ ਦੀ ਹੈ ਸੋ ਲਾਹੌਰ ਤੇ ਸਿਆਲਕੋੜ ਜੋ ਹੈ ਇਸ ਦਾ ਬਿਲਕੁਲ ਰਾਈਟ ਆਨਸਰ ਬਣ ਜੇਗਾ ਠੀਕ ਹੈ ਜੀ ਸੋ ਇਹ ਵੀ ਧਿਆਨ ਰੱਖਿਓ ਚੱਲਦੇ ਆ ਅਗਲੇ ਕੁਐਸਚਨ ਦੇ ਵੱਲ ਉਸ ਦੇ ਪੰਜਾਬ ਦੀ ਕਿਹੜੀ ਉਪ ਬੋਲੀ ਸਭ ਤੋਂ ਪੁਰਾਣੀ ਹੈ ਦੱਸੋ ਜੀ ਕਿਹੜੀ ਜੋ ਉਪ ਬੋਲੀ ਹੈ ਪੰਜਾਬ ਦੀ ਉਹ ਸਭ ਤੋਂ ਪੁਰਾਣੀ ਹੈ ਚਾਰ ਆਪਾਂ ਦੇ ਆਧਾਰ ਤੇ ਤੁਸੀਂ ਅਨਸਰ ਦਿਨਾ ਜਿਨ੍ਹਾਂ ਨੂੰ ਵੀ ਪਤਾ ਹੈ ਸੋ ਇਹਦੇ ਜਿਹੜੇ ਬਲੋਗ ਰਾਈਟਮਸ ਰਹਾ ਉਹ ਹੈ ਜੀ ਮਲਬਈ ਹਾਂਜੀ ਬਲੋਗ ਮਲਬਈ ਜੋ ਆਪਣੀ ਭਾਸ਼ਾ ਹੈ ਠੀਕ ਹੈ ਜੀ ਸੋ ਇਸ ਨੂੰ ਮੰਨਿਆ ਪੰਜਾਬੀ ਭਾਸ਼ਾ ਦੀ ਉਪ ਉਪ ਬੋਲੀ ਬੋਲੇ ਕਹਿੰਦੇ ਇਸ ਨੂੰ ਉਪ ਬੋਲੀ ਸਭ ਤੋਂ ਪੁਰਾਣੀ ਠੀਕ ਹੈ ਸਭ ਤੋਂ ਪੁਰਾਣੀ ਉਪ ਬੋਲੀ ਕਹਿੰਦੇ ਮਲਬਈ ਨੂੰ ਜ਼ਰੂਰ ਧਿਆਨ ਰੱਖਿਓ ਕੁਸ਼ਚਨ ਇੰਪੋਰਟ ਹੈ ਚੱਲਦੇ ਅਗਲੇ ਕੁਸ਼ਚਨ ਦੇ ਵੱਲ ਉਸ ਤੋਂ ਬਾਅਦ ਅਗਲਾ ਸਵਾਲ ਹੈ ਜੀ ਹੇਠ ਲਿਖਿਆ ਹੈ ਜੀ ਵਿੱਚੋਂ ਕਿਹੜਾ ਇਲਾਕਾ ਪੁਰਾਣੇ ਸਮਿਆਂ ਦੇ ਵਿੱਚ ਪਾਲੀ ਭਾਸ਼ਾ ਦਾ ਵਿਦਿਅਕ ਕੇਂਦਰ ਸੀ ਦੱਸੋ ਜੀ ਜਿਨ੍ਹਾਂ ਨੂੰ ਵੀ ਇਸ ਦਾ ਰਾਈਟ ਆਨਸਰ ਪਤਾ ਹੈ ਸੋ ਇਹਦੇ ਬਿਲਕੁਲ ਏਡ ਆਂਸਰ ਹੈ ਉਹ ਜੀ ਪੋਠੋਹਾਰ ਹਾਂਜੀ ਬਿਲਕੁਲ ਪੋਠੋਹਾਰ ਇਸ ਦਾ ਡੀ ਇਸ ਦਾ ਬਿਲਕੁਲ ਏਡ ਸਬੰਝੇਗਾ ਕੀ ਕਹਿ ਰਹੇ ਜੀ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਜੋ ਇਲਾਕਾ ਹੈ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਆ ਠੀਕ ਹੈ ਜੀ ਦੇ ਵਿੱਚ ਪਾਲੀ ਭਾਸ਼ਾ ਦਾ ਵਿਦੇ ਕੇਂਦਰ ਸੀਗਾ ਸੋ ਪੋਠੋਹਾਰ ਇਸ ਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ ਧਿਆਨ ਚ ਰੱਖਿਓ ਚੱਲਦੇ ਆ ਜੀ ਮੋੜ ਕਰਦੇ ਆ ਕੁਐਸਚਨ ਦੇ ਵੱਲ ਉਸ ਦੇ ਪਹਾੜ ਦੇ ਪੈਰਾਂ ਦਾ ਇਲਾਕਾ ਕਿਹੜੇ ਖੇਤਰ ਨੂੰ ਕਿਹਾ ਜਾਂਦਾ ਹੈ ਬਹੁਤ ਹੀ ਇੰਪਰੋਸ਼ਨ ਹੈ ਜੀ ਦੱਸੋ ਜੀ ਜਿਨ੍ਹਾਂ ਨੂੰ ਵੀ ਇਸ ਦਾ ਰਾਈਟ ਆਨਸਰ ਪਤਾ ਹੈ ਸੋ ਇਹਦਾ ਰਾਈਟ ਆਨਸਰ ਹੈ ਉਹ ਜੀ ਪਵਾਦ ਨੂੰ ਹਾਂਜੀ ਬਿ ਪਵਾਦ ਨੂੰ ਕੀ ਕਹਿੰਦਾ ਪਹਾੜ ਦੇ ਪੈਰਾਂ ਦਾ ਇਲਾਕਾ ਜਾਂ ਖੇਤਰ ਕਿਹਾ ਜਾਂਦਾ ਜੀ ਪਵਾਦ ਨੂੰ ਜ਼ਰੂਰ ਤੇ ਅਜਿਹਾ ਬਹੁਤ ਹੀ ਇੰਪਰੋਸ਼ਨ ਹੈ ਪੇਪਰ ਪੁਆਇੰਟ ਯੂ ਚਲਦੇ ਅਗਲੇ ਕੁਐਸਚਨ ਦੇ ਵੱਲ ਉਸ ਦੇ ਪਾਕਿਸਤਾਨ ਦੇਸ਼ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪ ਭਾਸ਼ਾ ਕਿਹੜੀ ਹੈ ਬਹੁਤ ਹੀ ਇੰਪੋਰਟੈਂਟ ਕੁਸ਼ਚਨ ਠੀਕ ਹੈ ਜੀ ਤੇ ਜੇਕਰ ਪੁੱਛ ਲਈ ਕਿ ਪੰਜਾਬੀ ਭਾਸ਼ਾ ਸਭ ਤੋਂ ਜੋ ਜ਼ਿਆਦਾ ਬੋਲਿਆ ਜਾਂਦੀ ਤਾਂ ਵੀ ਪਾਕਿਸਤਾਨ ਦੇ ਵਿੱਚ ਹੀ ਸ਼ੋਧ ਤੇ ਕਈ ਵਾਰ ਕੁਸ਼ਚਨ ਪੁੱਛਦਾ ਹੁੰਦਾ ਹੈ ਕਿ ਸ਼ੋਧ ਤੇ ਜ਼ਿਆਦਾ ਜੋ ਪੰਜਾਬੀ ਭਾਸ਼ਾ ਹੈ ਉਹ ਪਾਕਿਸਤਾਨ ਦੇ ਵਿੱਚ ਹੀ ਬੋਲੀ ਜਾਂਦੀ ਹੈ ਸੋ ਇਸ ਕੁਸ਼ਚਨ ਦਾ ਬਿਲਕੁਲ ਏਡ ਅਨਸਰ ਹੈ ਉਹ ਜੀ ਮੁਲਤਾਨੀ ਹਾਂਜੀ ਬਿਲਕੁਲ ਏਡ ਦਾ ਪਾਕਿਸਤਾਨ ਦੇਸ਼ ਦੇ ਵਿੱਚ ਠੀਕ ਹੈ ਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪ ਪਾਸ਼ਾ ਉਪ ਪਾਸ਼ ਦੇ ਗੱਲ ਕਰ ਰਹੇ ਹਾਂ ਤਾਂ ਮੁਲਤਾਨੀ ਇਸ ਦਾ ਬਿਲਕੁਲ ਰਾਈਟ ਆਨਸਰ ਬਣ ਜੇਗਾ ਜੋ ਕਿ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਜੀ ਸੋ ਇਹ ਵੀ ਧਿਆਨ ਚ ਰੱਖਿਓ ਉਸ ਤੋਂ ਬਾਅਦ ਹੈ ਜੀ ਦੁਆਬ ਕਿਹੜੀ ਭਾਸ਼ਾ ਦਾ ਸ਼ਬਦ ਹੈ ਸੋ ਇਹਦੇ ਬਿਲਕੁਲ ਆਈਟਮਸ ਰ ਹੈ ਉਹ ਜੀ ਫਾਰਸੀ ਭਾਸ਼ਾ ਦਾ ਹਾਂਜੀ ਬਿਲਕੁਲ ਦੁਆਬ ਤਾਂ ਸਾਰਿਆਂ ਨੂੰ ਪਤਾ ਹੋਏਗਾ ਜੀ ਠੀਕ ਹੈ ਜੀ ਸੋ ਦੁਆਬ ਜੋ ਹੈ ਬਿਆਸ ਤੇ ਸਤਲੁਜ ਦੇ ਵਿਚਕਾਰਲੇ ਭਾਗ ਨੂੰ ਕਿਹਾ ਜਾਂਦਾ ਤੇ ਇਹਦੇ ਇਲਾਕੇ ਕਿਹੜੇ ਆ ਆਪਣਾ ਕਪੂਰਥਾ ਲੋ ਗਿਆ ਠੀਕ ਹੈ ਜਲੰਧਰ ਹੋ ਗਿਆ ਸੋ ਇਹ ਜਿਹੜੇ ਇਲਾਕੇ ਆ ਇਹ ਅਜ ਦੁਆਬ ਖੇ ਦੁਆਬ ਖੇਤਰ ਦੇ ਠੀਕ ਹੈ ਜੀ ਸੋ ਦੁਆਬ ਜੋ ਹੈ ਕਿਹੜੀ ਭਾਸ਼ਾ ਤੋਂ ਲਿਆ ਗਿਆ ਤਾਂ ਫਾਰਸੀ ਭਾਸ਼ਾ ਤੋਂ ਲਿਆ ਗਿਆ ਤੇ ਇਹਦਾ ਮਤਲਬ ਇਹ ਕਿਰ ਪੁੱਛ ਲਿੰਦਾ ਐਗਜ਼ਾਮੀਨਰ ਤਾਂ ਦੋ ਦੋ ਦਰਿਆਵਾਂ ਦਾ ਵਿਚਕਾਰਲਾ ਭਾਗ ਸੋ ਇਸ ਤਰ੍ਹਾਂ ਇਸ ਨੂੰ ਤੁਸੀਂ ਕਨਸਿਡਰ ਕਰ ਸਕਦੇ ਹੋ ਠੀਕ ਹੈ ਜੀ ਸੋ ਵੀ ਧਿਆਨ ਚ ਰੱਖਿਓ ਚੱਲਦੇ ਅਗਲੇ ਕੁਸ਼ਚਨ ਦੇ ਵੱਲ ਉਹ ਡੋਗਰੀ ਭਾਸ਼ਾ ਦਾ ਪ੍ਰਮੁੱਖ ਕੇਂਦਰ ਕਿਹੜਾ ਹੈ ਸੋ ਡੋਗਰੀ ਦਾ ਜੋ ਕੇਂਦਰ ਹੈ ਜੀ ਉਹ ਸਾਰੇ ਤੋਂ ਦੇ ਸਕਦੇ ਹੋ ਟੂਆ ਕਾਗੜਾ ਵੀ ਇੱਕ ਬਹੁਤ ਪੁਰਾਣਾ ਜੋ ਹੈ ਪਹਾੜੀ ਆਪਣੇ ਠੀਕ ਹੈ ਜੀ ਬਹੁਤ ਮਸ਼ਹੂਰ ਹੈ ਕਾਗੜਾ ਸੋ ਬਾਕੀ ਇਹਦੇ ਵਿੱਚ ਬਿਲਕੁਲ ਰਾਈਟ ਆਂਸਰ ਹੈ ਉਹਦੀ ਜੰਮੂ ਠੀਕ ਹੈ ਜੰਮੂ ਇਸ ਦਾ ਬਿਲਕੁਲ ਰਾਈਟ ਆਂਸਰ ਹੈ ਡੋਗਰੀ ਭਾਸ਼ਾ ਇਹਨਾਂ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਆਪਣੇ ਜੰਮੂ ਹੋ ਗਿਆ ਕਿ ਗਿਆ ਜੰਮੂ ਕਸ਼ਮੀਰ ਹੋ ਗਿਆ ਇਧਰਲੇ ਇਲਾਕੇ ਜਿਹੜਾ ਉੱਤਰੀ ਉੱਤਰੀ ਵਾਲੇ ਪਾਸੇ ਆਪਣੇ ਸੋ ਉੱਥੇ ਕੀ ਹੈ ਡੋਗਰੀ ਭਾਸ਼ਾ ਸਭ ਤੋਂ ਜ਼ਿਆਦਾ ਬੋਲੀ ਜਾਂ ਤੁਹਾਨੂੰ ਪਤਾ ਹੈ ਪਹਾੜੀ ਭਾਸ਼ਾ ਹੈ ਵੀ ਇੱਕ ਠੀਕ ਹੈ ਸੋ ਜੰਮੂ ਦੇ ਵਿੱਚ ਕੀ ਹੈ ਡੋਗਰੀ ਭਾਸ਼ਾ ਇਸ ਦਾ ਕੀ ਹੈ ਪ੍ਰਮੁੱਖ ਕੇਂਦਰ ਹੈ ਜੰਮੂ ਠੀਕ ਹੈ ਜੀ ਸੋ ਇਹ ਵੀ ਧਿਆਨ ਰੱਖਿਓ ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ ਉਸ ਦੇ ਕਿਹੜੀ ਉਪ ਭਾਸ਼ਾ ਲੰਬਾ ਸਮਾਂ ਪੰਜਾਬ ਦੀ ਉਪ ਭਾਸ਼ਾ ਮੰਨੀਆਂ ਦੀ ਦੱਸੋ ਜੀ ਕਿਹੜੀ ਸੀ ਜੋ ਲੰਬਾ ਸਮਾਂ ਮੰਨੇ ਕਿ ਪੰਜਾਬ ਦੀ ਉਪ ਭਾਸ਼ਾ ਸੋ ਇਹਦੇ ਬਿਲਕੁਲ ਇਹਦਾਂ ਅਸਰਾ ਉਹ ਜੀ ਡੋਗਰੀ ਹਾਂਜੀ ਡੋਗਰੀ ਨੂੰ ਹੀ ਹੁਣੇ ਆਪਾਂ ਗੱਲ ਕੀਤੀ ਕਿੱਥੇ ਪਹਾੜੀ ਇਲਾਕਿਆਂ ਵਿੱਚ ਬੋਲੀ ਜਾਂਦੀ ਜੰਮੂ ਵਗੈਰਾ ਦੇ ਇਲਾਕਿਆਂ ਵਿੱਚ ਠੀਕ ਹੈ ਡੋਗਰੀ ਬੋਲੀ ਜਾਂਦੀ ਹੈ ਸੋ ਕਿਹੜੀ ਓਪਾ ਚ ਹੈ ਜੀ ਜੋ ਲੰਬਾ ਸਾਂ ਪੰਜਾਬ ਦੇ ਓਪਾ ਭਾਸ਼ਾ ਮੰਨੀ ਜਾਂਦੀ ਸੀ ਸੋ ਉਹ ਸੀ ਜੀ ਡੋਗਰੀ ਠੀਕ ਹੈ ਜੀ ਸੋ ਇਹ ਵੀ ਧਿਆਨ ਰੱਖਿਓ ਕੁਸ਼ਚਨ ਇੰਪੋਰਟੈਂਟ ਹੈ ਚੱਲਦੇ ਆ ਜੀ ਆਪਾਂ ਸਕਰੋਲ ਕਰਦੇ ਆ ਅਗਲੇ ਕੁਸ਼ਚਨ ਦੇ ਵੱਲ ਉਸ ਦੇ ਪੰਜਾਬ ਦੇ ਵਿੱਚ ਜਿਹੜੀ ਓ ਭਾਸ਼ਾ ਸਰਬਸਾਂਝੀ ਵਰਤੀ ਜਾਂਦੀ ਹੈ ਉਸ ਨੂੰ ਨਾਮ ਦਿੱਤਾ ਗਿਆ ਤੁਸੀਂ ਕੀ ਨਾਮ ਦਿੱਤਾ ਗਿਆ ਜੀ ਉਸ ਨੂੰ ਸੋ ਉਸ ਨੂੰ ਨਾਮ ਦਿੱਤਾ ਗਿਆ ਜੀ ਇਹਦਾ ਬਿਲਕੁਲ ਈਡੈਂਸ ਹੋ ਜਾਏਗਾ ਟਕਸਾਲੀ ਤੇ ਮਿਆਰੀ ਠੀਕ ਹੈ ਜੀ ਸੋ ਉਪਰੋਕਤ ਦੋਨੋਂ ਹੀ ਸੀਰੀਜ਼ ਦਾ ਬਿਲਕੁਲ ਈਡੈਂਸ ਹੋ ਜਾਏਗਾ ਕੀ ਕਹ ਰਹੀ ਪੰਜਾਬ ਦੇ ਪੰਜਾਬ ਦੇ ਵਿੱਚ ਜਿਹੜੀ ਉਹ ਭਾਸ਼ਾ ਸਰਬਸਾਂਝੀ ਸਰਬਸਾਂਝੀ ਵਰਤੀ ਜਾਂਦੀ ਹੈ ਜੀ ਪੰਜਾਬ ਦੇ ਵਿੱਚ ਸੋ ਉਹਦਾ ਨਾਮ ਹੈ ਜੀ ਟਕਸਾਲੀ ਤੇ ਮਿਆਰੀ ਇਹ ਦੋਨੋਂ ਨਾਮ ਤੁਸੀਂ ਯਾਦ ਰੱਖਣੇ ਆ ਠੀਕ ਹੈ ਜੀ ਸੋ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਪੇਪਰ ਪੁਆਇੰਟ ਆ ਵੀ ਧਿਆਨ ਚ ਰੱਖਿਓ ਚੱਲਦੇ ਅਗਲੇ ਕੁਐਸਚਨ ਦੇ ਵੱਲ ਉਸ ਦੇ ਪੰਜਾਬ ਦੀ ਕਿਹੜੀ ਓਪ ਭਾਸ਼ਾ ਨੂੰ ਤਕਸਾਲੀ ਪਹਾੜ ਦਾ ਦਰਜਾ ਦਿੱਤਾ ਗਿਆ ਹੈ ਦੱਸੋ ਜੀ ਕਿਸ ਨੂੰ ਦਿੱਤਾ ਗਿਆ ਜੀ ਸੋ ਇਦਾਂ ਰਾਈਟ ਆਨਸਰ ਹੈ ਉਹ ਦਿੱਤਾ ਗਿਆ ਜੀ ਆਪਣੀ ਮਾਦੀ ਨੂੰ ਠੀਕ ਹੈ ਜੀ ਮਾਦੀ ਨੂੰ ਇਸ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਬਣ ਜਾਏਗਾ ਪੰਜਾਬ ਦੀ ਕਿਹੜੀ ਓਪਾ ਨੂੰ ਕਸਾਲੀ ਭਿਆਦਰ ਦੇ ਦਿੱਤਾ ਹੈ ਸੋ ਇਹ ਹੈ ਜੀ ਮਾਜੀ ਠੀਕ ਹੈ ਜੀ ਮਾਜੀ ਦੇ ਇਲਾਕੇ ਤੋਂ ਦੇ ਸਕਦੇ ਹੋ ਅੰਮ੍ਰਿਤਸਰ ਫੋਰ ਐਗਜ਼ਾਮਪਲ ਹੋ ਸਕਦਾ ਹੈ ਠੀਕ ਹੈ ਜੀ ਸੋ ਮਾਜੀ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਜੀ ਸੋ ਇਹ ਵੀ ਧਿਆਨ ਰੱਖਿਓ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗ ਰਹੀ ਹੈ ਸੋ ਵੀਡੀਓ ਨੂੰ ਬਾਦ ਤੋਂ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਵੀ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਰੱਖ ਲਿਓ ਠੀਕ ਹੈ ਉਦੇ ਬੋਲਣ ਦੇ ਸਮੇਂ ਵਿਅਕਤੀ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਸ ਨੂੰ ਕੀ ਕਹਿੰਦਾ ਹੈ ਬੋਥ ਹੀ ਜਦਾ ਇਨਪੁਟ ਨ ਕੁਸ਼ਨ ਹੈ ਠੀਕ ਹੈ ਜੀ ਜੋ ਵੀ ਬੋਲਣ ਸਮੇਂ ਆਪਣੇ ਵਿਅਕਤੀ ਦੇ ਮੂੰਹ ਵਿੱਚੋਂ ਸਾਰਥਕ ਆਵਾਜ਼ਾਂ ਨਿਕਲਦੀਆਂ ਤਾਂ ਉਸ ਨੂੰ ਕਹਿੰਦੇ ਜੀ ਧੁਨੀ ਠੀਕ ਹੈ ਜੀ ਧੁਨੀ ਕੀ ਆ ਜਾਂਦਾ ਉਸ ਦਾ ਬਿਲਕੁਲ ਰਾਈਟ ਅਨਸਰ ਸੀ ਇਸ ਦਾ ਬਿਲਕੁਲ ਰਾਈਟ ਅਨਸਰ ਹੋ ਜਾਏਗਾ ਜੀ ਜੋ ਕਿ ਆਪਣੇ ਬੋਲਣ ਸਮੇਂ ਮੂੰਹ ਚੋਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਆਪਾਂ ਧੁਨੀ ਕਹਿੰਦੇ ਹਾਂ ਠੀਕ ਹੈ ਜੀ ਸੋ ਇਹ ਵੀ ਧਿਆਨ ਰੱਖਿਓ ਚੱਲਦੇ ਆਂ ਅਗਲੇ ਕੁਸ਼ਨ ਦੇ ਵੱਲ ਉਸ ਤੋਂ ਇਹ ਧੁਨੀ ਨੂੰ ਕੋਲ ਕਿੰਨੇ ਤਰੀਕਿਆਂ ਦੇ ਨਾਲ ਸਮਝਿਆ ਜਾ ਸਕਦਾ ਹੈ ਦੱਸੋ ਜੀ ਜਦੋਂ ਆਪਣੀ ਧੁਨੀ ਹੈ ਉਸ ਨੂੰ ਕਿੰਨੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਇਹ ਵੀ ਕੁਸ਼ਨ ਇੰਪੋਰਟੈਂਟ ਹੈ ਜੀ ਪੇਪਰ ਪੁਆਇੰਟ ਵੀ ਉੱਤੇ ਰੱਖਿਓ ਸੋ ਇਹਦਾ ਵੀ ਲੋਕ ਰਾਈਡ ਆਂਸਰ ਹੈ ਉਹ ਜੀ ਤਿੰਨ ਠੀਕ ਹੈ ਜੀ ਤਿੰਨ ਤਰੀਕਿਆਂ ਨਾਲ ਆਪਾਂ ਧੁਨੀ ਨੂੰ ਸਮਝ ਸਕਦੇ ਹਾਂ ਸੋ ਤਿੰਨ ਤਰੀਕੇ ਕਿਹੜੇ ਆ ਵੀ ਸੋ ਨੂੰ ਤੁਸੀਂ ਧਿਆਨ ਚ ਰੱਖਿਓ ਉਚਾਰ ਸੰਚਾਰ ਤੇ ਸਰਵਣੀ ਠੀਕ ਹੈ ਜੀ ਸੋ ਇਹ ਤਿੰਨ ਤਰੀਕੇ ਜਿਨ੍ਹਾਂ ਦੇ ਨਾਲ ਆਪਾਂ ਧੁਨੀ ਨੂੰ ਵਿਚਾਰ ਸਾਧਦੇ ਹਾਂ ਤੇ ਸਮਝ ਸਾਧਦੇ ਹਾਂ ਸੋ ਇਹ ਵੀ ਧਿਆਨ ਰੱਖਿਓ ਜੀ ਪੂਰੀ ਇਨ ਜਾਣਕਾਰੀ ਜੋ ਤੁਹਾਨੂੰ ਦੱਸੀ ਜਾ ਰਹੀ ਹੈ ਚਲਦੇ ਗਏ ਕੁਐਸਚਨ ਦੇਵਾਂ। ਉਸ ਦੇ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਕੁੱਲ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ? ਹੁਣ ਤੁਸੀਂ ਆਪਾਂ ਗੱਲ ਕਰਦੇ ਆ ਧੁਨੀਆਂ ਨੂੰ ਕੁੱਲ ਕਿੰਨੇ ਵਰਗਾਂ ਦੇ ਠੀਕ ਹੈ ਵਰਗ ਦੀ ਗੱਲ ਕਰ ਰਹੇ ਆ ਸੋ ਇਹ ਵੰਡਿਆ ਗਿਆ ਜੀ 2 ਵਰਗਾਂ ਦੇ ਵਿੱਚ। ਹਾਂਜੀ ਬਲੋ ਪੰਜਾਬ ਦੀਆਂ ਪੰਜਾਬ ਪੰਜਾਬੀ ਭਾਸ਼ਾ ਦੀਆਂ ਜੋ ਧੁਨੀਆਂ ਹਨ ਉਹਨਾਂ ਨੂੰ ਕੁੱਲ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਦੋ ਵਿੱਚ ਨਾ ਬਹੁਤ ਮਹੱਤਵਪੂਰਨ ਹੈ ਠੀਕ ਹੈ ਜੀ ਕਈ ਵਾਰ ਇਗਜ਼ਾਮ ਪਰ ਪੁੱਟ ਲੈਂਦਾ ਹੈ ਸਵਰ ਤੇ ਵਿਅੰਜਨ ਠੀਕ ਹੈ ਦੋ ਦੋ ਵਿੱਚ ਦੋ ਵਰਗਾਂ ਵਿੱਚ ਵੰਡਿਆ ਗਿਆ ਸਵਰ ਤੇ ਵਿਅੰਜਨ ਇਹਨਾਂ ਵਿੱਚ ਕੀ ਹੈ ਧੁਨੀਆਂ ਨੂੰ ਵੰਡਿਆ ਗਿਆ ਹੈ ਜ਼ਰੂਰ ਧਿਆਨ ਰੱਖਿਓ ਚੱਲਦੇ ਆ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ ਉਹਦੇ ਕੁੱਲ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ ਠੀਕ ਹੈ ਪੈਂਦਾ ਪਰ ਕਿੰਨੀਆਂ ਹੁੰਦੀਆਂ ਨੇ ਕਿਹੜੇ ਵਰਗ ਵਿੱਚ ਸਵਰ ਤੇ ਵਿਅੰਜਨ ਤੇ ਸਵਰ ਦੀ ਕਿੰਈ ਆਪਣੀ ਹੁੰਦੀ ਹੈ ਜੀ ਸੰਖਿਆ ਗਿਣਤੀ ਕਿੰਨੀ ਦਈ ਹੈ ਇਹ ਵੀ ਬਹੁਤ ਹੀ ਇੰਪੋਰਟੈਂਟ ਕੁਸ਼ਨ ਹੈ ਸੋ ਇਹਦਾ ਬਿਲਕੁਕੁਲ ரைਟ ਆਨਸਰ ਹੋ ਜਾਏਗਾ ਉਹ ਹੋ ਜਾਏਗੀ 10 ਹਾਂਜੀ ਬਿਲਕੁਲ ரைਟ ਆਨਸਰ ਹੈ ਕੋਲਸਵਰ ਧੁਨੀਆਂ ਦੀ ਗਿਣਤੀ ਹੈ ਜੀ ਆਪਣਾ ਐਡਾ ਹੋ ਗਿਆ ਸੀਗਾ ਸਾਰੇ ਜੋ ਹੁੰਦੇ ਹਨ ਸੋ 10 ਟੋਟਲ ਗਿਣਤੀ ਹੈ ਜੀ ਕੋਲਸਵਰ ਧੁਨੀਆਂ ਦੀ ਠੀਕ ਹੈ ਜੀ ਤੇ ਜੇਕਰ ਆਪਣੇ ਅੱਖਰਾਂ ਦੀ ਪੁੱਛ ਲੈ ਸਵਾਰ ਇਹਦੇ ਸਵਾਰ ਧੁਨੀਆਂ ਤੇ ਜੇ ਸਵਾਰ ਅੱਖਰਾਂ ਦੀ ਪੁੱਛ ਲੈ ਤਾਂ ਤਿੰਨ ਹੁੰਦੀਆਂ ਊੜਾ ਐੜਾ ਤੇ ਈੜੀ ਸੋ ਇਹ ਵੀ ਧਿਆਨ ਚ ਰੱਖਿਓ ਜੀ ਇੰਪੋਰਟੈਂਟ ਜਨ ਕਰੀਏ ਚੱਲਦੇ ਅਗਲ ਕੁਐਸਚਨ ਦੇ ਵੱਲ ਉਤ ਸਵਾਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਗਾਂ ਦੀਆਂ ਆਪਾਂ ਆਪਣੇ ਜੋ ਕੁਐਸਚਨ ਹਨ ਉਹਨਾਂ ਨੂੰ ਫਰੋਲ ਰਹੇ ਹਾਂ ਧਿਆਨ ਚ ਰੱਖਿਓ ਠੀਕ ਹੈ ਜੀ ਸੋ ਇਸ ਨੂੰ ਤੁਸੀਂ ਦੋ ਤੋਂ ਤਿੰਨ ਵਾਰ ਇਸ ਵੀਡੀਓ ਨੂੰ ਜ਼ਰੂਰ ਵਾਚ ਕਰੋ ਜੇਕਰ ਤੁਹਾਨੂੰ ਥੋੜੀ ਟਿਫੀਕਲ ਲੱਗ ਰਹੇ ਕੁਐਸਚਨਸ ਹੋਏ ਕੁਐਸਚਨ ਬਹੁਤ ਹੀ ਬੇਸਿਕ ਹਨ ਤੇ ਬਹੁਤ ਵਾਰੀ ਐਗਜ਼ਾਮੀਨਰ ਜੋ ਹੈ ਇਹਨਾਂ ਕੁਐਸਚਨਾਂ ਨੂੰ ਪੁੱਟਾਪ ਕਰ ਰਿਹਾ ਤੇ ਮੋਸਟ ਰਿਪੀਟਡ ਹੈ ਕੁਐਸਚਨ ਠੀਕ ਹੈ ਜੀ ਸੋ ਇਹਦਾ ਵੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਇਸ ਦਾ ਵੀ ਰਾਈਟ ਆਨਸਰ ਬਣ ਜਗਾ 2 ਠੀਕ ਹੈ ਜੀ ਸਵਰ ਧੁਨੀਆਂ ਦੇ ਕਿੰਨੇ ਭਾਗਾਂ ਦੇ 2 ਹਨ ਲਘੂ ਸਵਰ ਤੇ ਦੀਰਗ ਸਵਰ ਠੀਕ ਹੈ ਜੀ ਲਘੂ ਧੁਰ ਸਣੀਆਂ ਤੇ ਦੀਰਗ ਸਵਰ ਧੁਨੀਆਂ ਦਾ ਬਿਲਕੁਲ ਇਹਨਾਂ ਸਰੇਗਾ ਇਹਨਾਂ ਇਹਨਾਂ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਜੀ ਧਿਆਨ ਰੱਖਿਓ ਜੋ ਵੀ ਤੁਹਾਨੂੰ ਨਾ ਦੱਸੇਗੇ ਹਨ ਉਸੇ ਲਗੂ ਸਵਰ ਤੁਣੀਆਂ ਦੀ ਗਿਣਤੀ ਕਿੰਨੀ ਹੈ ਠੀਕ ਹੈ ਜੀ ਸੋ ਹੁਣ ਗਾਂ ਦੇ ਆਪਾਂ ਗੱਲ ਕਰ ਰਹੇ ਆ ਲਗੂ ਸਵਰ ਤੁਣੀਆਂ ਦੀ ਗਿਣਤੀ ਕਿੰਨੀ ਹੈ ਸੋ ਇਧਰ ਜਿਹੜਾ ਤੁਹਰੇ ਗਈ ਜੀ ਤਿੰਨ ਹਾਂਜੀ ਬਿਲਕੁਲ ਜਿਹੜਾ ਤਿੰਨ ਜੋ ਹੈ ਕੁਟਰਲਾ ਦੀ ਸੰਖਿਆ ਹੈ ਲਗੂ ਸਵਰ ਤੁਣੀਆਂ ਦੀ ਠੀਕ ਹੈ ਜੀ ਸੋ ਇਹ ਵੀ ਤਿਆਜ ਰੱਖੋ ਚਾਹਦੇ ਆ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ ਉਸ ਦੇ ਹੇਠਾਂ ਲਿਖਿਆ ਵਿੱਚੋਂ ਕਿਹੜੀ ਤੁਣੀ ਤਾਲਵੀ ਨਹੀਂ ਹੈ ਠੀਕ ਹੈ ਤਾਲਵੀ ਨਹੀਂ ਹੈ ਜੀ ਇਹਦਾ ਬਿਲਕੁਲ ਜਣਾ ਤੁਹਰੇਗਾ ਸੋ ਉਹ ਹੋ ਜਾਏਗਾ ਜੀ ਵਾਵਾ ਠੀਕ ਹੈ ਜੀ ਵਾਵਾ ਇਸ ਦਾ ਬਿਲਕੁਲ ਰਾਈਟ ਅੰਤਰ ਬਣ ਜੇਗਾ ਜਿਸ ਨੂੰ ਕੀ ਹੈ ਹੀਡ ਲਿਖਿਆਂ ਵਿੱਚੋਂ ਕਿਹੜੀ ਤੁਹਾਨੂੰ ਤਾਲ ਵੀ ਨਹੀਂ ਕਹਿੰਦਾ ਤਾਂ ਵਾਵਾ ਇਸ ਦਾ ਬਿਲਕੁਲ ਰਾਈਟ ਹੋ ਜਾ ਜਗਾ ਬਾਕੀ ਜੋ ਹੁੰਦੀਆਂ ਨੇ ਇਸ ਨੂੰ ਆਪਾਂ ਤਾਲ ਵੀ ਕਹਿੰਨੇ ਆ ਠੀਕ ਹੈ ਜੀ ਸੋ ਇਹ ਵੀ ਤੁਹਾਨੂੰ ਰੱਖਿਓ ਕੁਸ਼ਚਨ ਬਹੁਤ ਇੰਪੋਰਟਡ ਹੈ ਚੱਲਦੇ ਅਗਲੇ ਕੁਸ਼ਚਨ ਦੇਵਾ ਉਸ ਤੋਂ ਬਾਅਦ ਅਗਲਾ ਕੁਸ਼ਚਨ ਹੈ ਜੀ ਹੀਠਾਂ ਲਿਖਿਆਂ ਵਿੱਚੋਂ ਕਿਹੜੀ ਧੁਣੀ ਨੂੰ ਸੋਰੀ ਯੰਤਰੀ ਧੁਣੀ ਦੇ ਵਿੱਚ ਰੱਖਿਆ ਗਿਆ ਹੈ ਸੋ ਇਹਦਾ ਬਿਲਕੁਲ ਏਡਮਸ ਰ ਹੈ ਉਹ ਜੀ ਹਾ ਹਾ ਹਾਂ ਜੀ ਹਾ ਹਾ ਇਸ ਦਾ ਬਿਲਕੁਲ ਰਾਈਟ ਹੋ ਜਗਾ ਇਹ ਅਜੇ ਹੀ ਜੋ ਆਪਣਾ ਤੁਣੀ ਹੈ ਠੀਕ ਹੈ ਜੀ ਸੋ ਜਿਸ ਨੂੰ ਸੋਰੀ ਗੈਦਰੀ ਤੁਣੀ ਦੇ ਵਿੱਚ ਰੱਖਿਆ ਗਿਆ ਹੈ ਠੀਕ ਹੈ ਜੀ ਸੋ ਇਹ ਵੀ ਤੇ ਅੰਦਰ ਕਿਉਂ ਕੁਐਸਚਨ ਇੰਪੋਰਟ ਹੈ ਚੱਲਦੇ ਅਗਲੇ ਕੁਐਸਚਨ ਦੇ ਵੱਲ ਉਤੇ ਪੰਜ ਭਾਸ਼ਾ ਦੇ ਮੁੱਖ ਕਿੰਨੇ ਅੰਗ ਹੁੰਦੇ ਹਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਭਾਸ਼ਾ ਦੇ ਮੁੱਖ ਕਿੰਨੇ ਅੰਗ ਹੁੰਦੇ ਹਨ ਸੋ ਇਹਦਾ ਬਿਲਕੁਲ ਏਡਮਸ ਰ ਹੈ ਭਾਸ਼ਾ ਦੇ ਕੁੱਲ ਤੇ ਮੁੱਖ ਚਾਰ ਅੰਗ ਹੁੰਦੇ ਹਨ ਠੀਕ ਹੈ ਜੀ ਭਾਸ਼ਾ ਦੇ ਮੁੱਖ ਕਿੰਨੇ ਅੰਗ ਚਾਰ ਟੋਟਲ ਅੰਗ ਹੁੰਦੇ ਹਨ ਤੇ ਕਿਹੜੇ-ਕਿਹੜੇ ਹੁੰਦੇ ਹਨ ਜੀ ਇਹ ਵੀ ਧਿਆਨ ਰੱਖਿਓ ਪਹਿਲਾ ਹੁੰਦਾ ਜੀ ਧੁਨੀ ਬੋਧ ਦੂਸਰਾ ਸ਼ਬਦ ਤੀਸਰਾ ਵਾਕ ਤੇ ਚੌਥਾ ਅਰਥ ਠੀਕ ਹੈ ਜੀ ਸੋ ਚਾਰੇ ਇਹ ਤੁਸੀਂ ਧਿਆਨ ਰੱਖਿਓ ਦੁਬਾਰਤੋਂ ਫੇਰ ਰਿਪੀਟ ਕਰ ਦਿੰਨੇ ਆ ਧੁਨੀ ਸ਼ਬਦ ਵਾਕ ਤੇ ਅਰਥ ਇਹ ਚਾਰੋ ਜਿਹੜੇ ਹਨ ਭਾਸ਼ਾ ਦੇ ਮੁੱਖ ਕੀ ਹਨ ਅੰਗ ਹਨ ਜ਼ਰੂਰ ਧਿਆਨ ਰੱਖਿਓ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ ਠੀਕ ਹੈ ਜੀ ਸੋ ਏਸੀਆਈ ਦੀ ਜਾਣਕਾਰੀ ਹੋ ਕੇ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਫਤਿਹ ਲੱਗੀ ਹੋਏਗੀ ਜੇਕਰ ਵਧੀਆ ਲੱਗੀ ਸੋ ਬਾਕੀ ਦੋ ਫਰੈਂਡਸ ਰਕ ਵਿੱਚ ਸ਼ੇਅਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਦੀ ਹੋਰ ਜਾਣਕਾਰੀ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਵੀ ਜ਼ਰੂਰ ਜੁਆਇਨ ਕਰ ਲਓ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਤਾਂ ਮਿਲਦੇ ਹਾਂ ਜੀ ਐਦਾਂ ਦੀ ਕੋਈ ਹੋਰ ਨਵੀਂ ਨਾ ਉਹ ਤੱਕ ਲਈ ਰਬ ਰੱਖਾ